ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਇੱਕ ਕਾਰਡ ਰੀਡਰ ਬੜੀ ਤਰ੍ਹਾਂ ਦੇ ਕਾਰਡ ਰੀਡਰ ਤੁਸੀਂ ਦੇਖੇ ਹੋਣਗੇ ਛੋਟੇ ਵੱਡੇ ਔਰ 4 4 8 8 ਜਿਹਦੇ ਚ ਕਾਰਡ ਪੈ ਜਾਂਦੇ ਆ ਅਲੱਗ-ਅਲੱਗ ਤਰ੍ਹਾਂ ਦੇ ਇਹ ਵੀ ਇੱਕ ਇਹੋ ਜਿਹਾ ਕਾਰਡ ਆ ਜਿਹਦੇ ਚ ਚਾਰ ਅਲੱਗ-ਅਲੱਗ ਤਰ੍ਹਾਂ ਦੇ ਕਾਰਡ ਪੈ ਜਾਂਦੇ ਆ ਸੋ ਉਸੇ ਤਰ੍ਹਾਂ ਦਾ ਹੀ ਇੱਕ ਇਹ ਕਾਰਡ ਰੀਡਰ ਹੈ ਜਿਹਦੇ ਚ ਮਲਟੀਪਲ ਟਾਈਪਸ ਦੇ ਕ੍ਰੈਡਿਟ ਕਾਰਡ ਆ ਉਹ ਪੈਂਦੇ ਆ ਇਹੀ ਕਾਰਡ ਰੀਡਰ ਤਕਰੀਬਨ ਅਜ ਤੋਂ 20 ਸਾਲ ਪੁਰਾਣਾ ਕਾਰਡ ਰੀਡਰ ਜਦੋਂ ਦੌਰ ਸੀ ਮੋਬਾਈਲ ਦੇ ਵਿੱਚ ਗਾਣੇ ਪਾ ਕੇ ਸੁਣਨ ਦਾ ਬੜੇ ਤਰ੍ਹਾਂ ਦੇ ਕਾਰਡ ਰੀਡਰ ਉਹ ਤੋਂ ਆਉਂਦੇ ਹੁੰਦੇ ਸੀ ਤਕਰੀਬਨ ਇਸ ਤੋਂ ਦੁੱਗਣੇ ਤਿਗਣੇ ਸਾਈਜ਼ ਦੇ ਕਾਰਡ ਰੀਡਰ ਵੀ ਆਉਂਦੇ ਹੁੰਦੇ ਸੀ ਉਸ ਤੋਂ ਬਾਅਦ ਇੱਕ ਦੌਰ ਇਹੋ ਜਿਹਾ ਆਇਆ ਕਿ ਕਾਰਡ ਰੀਡਰ ਛੋਟੇ ਹੁੰਦੇ ਗਏ ਕਿਉਂਕਿ ਮਾਈਕਰੋ ਐਸਡੀ ਕਾਰਡ ਆ ਗਏ ਪਰ ਬਹੁਤ ਤਰ੍ਹਾਂ ਦੇ ਕਾਰਡ ਪਹਿਲਾਂ ਆਉਂਦੇ ਹੁੰਦੇ ਸੀ ਕਿ ਅੱਜ ਦਾ ਜਿਹੜਾ ਦੌਰ ਹੈ ਇਹਦੇ ਵਿੱਚ ਬਹੁਤ ਛੋਟੇ-ਛੋਟੇ ਪੈਨ ਡਰਾਈਵ ਤੋਂ ਵੀ ਅੱਧੇ-ਅੱਧੇ ਕਾਰਡ ਰੀਡਰ ਆਉਣ ਲੱਗੇ ਪਰ ਜਿਹੜਾ ਇਹ ਕਾਰਡ ਰੀਡਰ ਹੈ ਇਹ ਕੁਝ ਅਲੱਗ ਕਿਸਮ ਦਾ ਸੀ ਉਸ ਟਾਈਮ ਤੇ ਇਸ ਕਾਰਡ ਰੀਡਰ ਦੀ ਜੇ ਗੱਲ ਕਰਾਂ ਤਾਂ ਇਹਦੇ ਪਿੱਛੇ ਇੱਕ USB ਟਾਈਪ A ਪਲੱਗ ਇਨ ਹੁੰਦੀ ਸੀ ਜਿਹੜੀ ਏਸੀਪੀਯੂ ਦੇ ਵਿੱਚ ਲੈਪਟਾਪ ਦੇ ਵਿੱਚ ਪਲੱਗ ਇਨ ਹੋ ਜਾਂਦੀ ਸੀ ਔਰ ਜੇ ਮੈਂ ਇਹਦੇ ਕਾਰਡ ਟਾਈਪਸ ਦੀ ਗੱਲ ਕਰਾਂ ਤਾਂ ਇਹਦੇ ਚ ਵੱਖਰੇ ਵੱਖਰੇ ਕਿਸਮ ਦੇ ਜਿਹੜੇ ਕਾਰਡ ਹੈ ਉਹ ਪੈਂਦੇ ਸੀ ਸੋ ਆਹ ਕਾਰਡ ਤਕਰੀਬਨ ਸਭ ਨੇ ਦੇਖੇ ਹੋਣੇ ਆ ਕਿ ਇਹ ਜਿਹੜੇ ਨੋਕੀਆ ਦੇ ਮੋਬਾਈਲ ਸੀ ਉਹਦੇ ਚ ਕੁਝ ਇਸ ਤਰ੍ਹਾਂ ਦੇ ਕਾਰਡ ਪੈਂਦੇ ਹੁੰਦੇ ਸੀ ਫਿਰ ਆਜਾਲੇ ਕਾਰਡ ਜਿਹੜੇ ਆਵਲੇ ਕਾਰਡ ਮਾਈਕਰੋ ਐਸਡੀ ਦਾ ਸਭ ਨੂੰ ਪਤਾ ਹੀ ਹੋਣਾ ਕਿ ਇਸ ਤਰ੍ਹਾਂ ਦੇ ਕਾਰਡ ਵੀ ਹੁਣ ਯੂਜ਼ ਹੁੰਦੇ ਆ ਇਸ ਤੋਂ ਇਲਾਵਾ ਸੋਨੀ ਰਿਕਸਨ ਦੇ ਕਾਰਡ ਜਿਹੜੇ ਹੁੰਦੇ ਸੀ ਉਹ ਵੱਖਰੇ ਹੁੰਦੇ ਸੀ ਸੋਨੀ ਰਿਕਸਨ ਚ ਵੀ ਦੋ ਤਰ੍ਹਾਂ ਦੇ ਕਾਰਡ ਆਉਂਦੇ ਹੁੰਦੇ ਸੀ ਇੱਕ ਇਸ ਤਰ੍ਹਾਂ ਦੇ ਕਾਰਡ ਆਉਂਦੇ ਹੁੰਦੇ ਸੀ ਵੱਡੇ ਔਰ ਉਸ ਤੋਂ ਇਲਾਵਾ ਇੱਕ ਕੁਝ ਇਸ ਤਰ੍ਹਾਂ ਦੇ ਜਿਨ੍ਹਾਂ ਨੂੰ ਐਮ2 ਕਾਰਡ ਬੋਲਦੇ ਸੀ ਦੇਖਣ ਨੂੰ ਇਹ ਮਾਈਕਰੋ ਐਸਡੀ ਕਾਰਡ ਵਰਗੇ ਲੱਗਦੇ ਆ ਪਰ ਇਹ ਮਾਈਕਰੋ ਐਸਡੀ ਕਾਰਡ ਨਹੀਂ ਆ ਇਹ ਕੁਝ ਅਲੱਗ ਕਾਰਡ ਨੇ ਜੇ ਮੈਂ ਤੁਹਾਨੂੰ ਦੋਨੋਂ ਇੱਕੋ ਸਾਰ ਰੱਖ ਕੇ ਦਿਖਾਵਾਂ ਤਾਂ ਤੁਹਾਨੂੰ ਇਹਨਾਂ ਦੀ ਸ਼ੇਪ ਦੀ ਡਿਫਰੈਂਸ ਦਾ ਪਤਾ ਲੱਗ ਜਾਊਗਾ ਕਿ ਐਮਟੀ ਐਮ2 ਕਾਰਡ ਆਰ ਜਿਹੜਾ ਮਾਈਕ్రో ਐਸਡੀ ਕਾਰਡ ਹੈ ਕੀ ਡਿਫਰੈਂਸ ਹੈ ਹੁਣ ਮੈਂ ਤੁਹਾਨੂੰ ਦੱਸਦਾ ਕਿ ਇਹ ਵਾਲੇ ਜਿਹੜੇ ਕਾਰਡ ਹੈ ਇਹਦੇ ਵਿੱਚ ਲੱਗਦੇ ਕਿਵੇਂ ਸੀ ਸਭ ਤੋਂ ਪਹਿਲਾਂ ਜਿਹੜਾ ਆਹ ਨੋਕੀਆ ਵਾਲਾ ਕਾਰਡ ਇਹ ਤੁਸੀਂ ਅਗਰ ਦੇਖੋਗੇ ਤਾਂ ਇਹ 64 ਐਮਪੀ ਦਾ ਹੈ ਦੇਖੋ ਤੁਹਾਨੂੰ ਦੇਖਿਆ ਇੱਥੇ ਮਿਲ ਜੂਗਾ 64MB ਦਾ ਇਹ ਕਿਸੇ ਟਾਈਮ ਇਹ ਵੀ ਆਉਂਦੇ ਹੁੰਦੇ ਸੀਗੇ 64 64 ਪੱਤੀ ਪੱਤੀ MB ਦੇ ਅੱਜ ਤਾਂ ਇੰਨੇ ਇੰਨੇ ਜਿਹੜੇ ਛੋਟੇ ਮਾਈਕ੍ਰੋ ਐਸਡੀ ਕਾਰਡ ਆ ਇਹ ਵੀ 1 1 ਟੈਰਾਬਾਈਟ ਦੇ ਆਉਂਦੇ ਆ ਸੋ ਕੋਈ ਟਾਈਮ ਸੀ ਇਹਨਾਂ ਦਾ ਸੋ ਇਹ ਤੁਹਾਨੂੰ ਲਗਾ ਕੇ ਦਿਖਾਉਣਾ ਮੈਂ ਸਭ ਤੋਂ ਪਹਿਲਾਂ ਇਹ ਵਾਲਾ ਜਿਹੜਾ ਕਾਰਡ ਸੀ ਜਿਹੜਾ ਨੋਕੀਆ ਵਾਲਾ ਇੱਥੇ ਐਵੇਂ ਲੱਗਦਾ ਸੀ ਸੈਕਿੰਡ ਤੇ ਜਿਹੜਾ ਸੋਨੀ ਰਿਕਸਨ ਦਾ ਜਿਹੜਾ ਵੱਡਾ ਵਾਲਾ ਕਾਰਡ ਸੀ ਮੈਮਰੀ ਸਟਿਕ ਕਹਿੰਦੇ ਸੀ ਜਿਹਨੂੰ ਉਹ ਇੱਥੇ ਐਵੇਂ ਲੱਗਦਾ ਸੀ ਉਸ ਤੋਂ ਬਾਅਦ ਵਾਰੀ ਆਉਂਦੀ ਸੀ ਮਾਈਕਰੋ ਐਸਡੀ ਕਾਰਡ ਦੀ ਸੋ ਜਿਹੜਾ ਮਾਈਕਰੋ ਐਸਡੀ ਕਾਰਡ ਹੈ ਇਹ ਇੱਥੇ ਐਵੇਂ ਲੱਗ ਜਾਂਦਾ ਸੀ ਔਰ ਜਿਹੜਾ ਚੌਥਾ ਤੇ ਆਖਰੀ ਕਾਰਡ ਸੀ ਜਿਹੜਾ ਐਮ 2 ਇਹ ਇੱਥੇ ਐਵੇਂ ਲੱਗ ਜਾਂਦਾ ਸੀ ਸੋ ਚਾਰੋਂ ਕਾਰਡ ਇਹਦੇ ਵਿੱਚ ਇੱਕੋ ਵਾਰੀ ਇਨਸਰਟ ਹੋ ਜਾਂਦੇ ਸੀ ਔਰ ਇਹ ਚਾਰੋਂ ਕਾਰਡ ਇੱਕੋ ਵਾਰੀ ਇਕੱਠੇ ਚੱਲਦੇ ਵੀ ਸੀ ਇਹ ਨਹੀਂ ਹੈ ਕਿ ਇੱਕ ਇੱਕ ਕਰਕੇ ਕਾਰਡ ਚੱਲਦਾ ਸੀ ਚਾਰੋਂ ਕਾਰਡ ਇਕੱਠੇ ਚੱਲਦੇ ਸੀ ਸੋ ਏ ਇਸ ਕਾਰ ਡ੍ਰਾਈਵਰ ਦੀ ਖਾਸੀਅਤ ਰਹੀ ਹੈ ਸੋ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਇਹਨੂੰ ਲਾਈਕ ਕਰ ਦਿਓ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਉਂਕਿ ਹਜੇ ਬਹੁਤ ਚੀਜ਼ਾਂ ਇਹੋ ਜਿਹਾ ਹੋਰ ਹੈ ਜਿਹੜੀਆਂ ਤੁਹਾਨੂੰ ਪੁਰਾਣੀਆਂ ਚੀਜ਼ਾਂ ਦਿਖਾਉਣੀਆਂ ਬਾਕੀ ਹੈ ਸੋ ਉਹ ਤਾਂ ਹੀ ਦਿਖਾ ਸਕਾਂਗੇ ਜੇ ਤੁਸੀਂ ਇਸ ਚੈਨਲ ਤੇ ਪਿਆਰ ਦੋਗੇ ਸ਼ੁਕਰੀਆ ਧੰਨਵਾਦ ਰੱਬ ਰਾਖਾ